ਸੰਗਤ ਜੀ ਦਰਸ਼ਨ ਕਰੋ ਉਸ ਪਵਿੱਤਰ ਪੜੋਲੇ ਦੇ ਜਿਸ ਵਿੱਚੋਂ 180 ਸਾਲ ਤੱਕ ਦਾਣੇ ਵੈਸੇ ਹੀ ਨਿਕਲਦੇ ਰਹੇ। ਦਾਣੇ ਕਿਸੇ ਨੇ ਸ਼ੁਰੂ ਕੀਤੇ, ਕਿਵੇਂ ਬੰਦ ਹੋਏ ਤੇ ਇਹ ਪਵਿੱਤਰ ਸਥਾਨ ਕਿਸ ਜਗ੍ਹਾ ਤੇ ਮੌਜੂਦ ਹੈ, ਆਓ ਸੰਗਤ ਜੀ ਆਪ ਸੰਗਤ ਨੂੰ ਦੱਸਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੀ ਸਾਧ ਸੰਗਤ ਜੀ, ਅੱਜ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਪੜੋਲੀ ਸਾਹਿਬ, ਪਾਤਸ਼ਾਹੀ ਛੇਵੀਂ ਪਿੰਡ ਕੁਨਾਣੀ ਕਲਾਂ, ਜ਼ਿਲ੍ਹਾ ਲੁਧਿਆਣਾ ਜੀ। ਇਸ ਪਵਿੱਤਰ ਸਥਾਨ ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਹਨ। ਗੁਰਪਿਆਰੀ ਸਾਧ ਸੰਗਤ ਜੀ, ਜਦੋਂ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਇਸ ਸਥਾਨ ਤੇ 1688 ਨੂੰ ਚਰਨ ਪਾਏ ਸਨ, ਬਾਬੇ ਸੂਰਤੀਏ ਨੇ ਛੇਵੇਂ ਪਾਤਸ਼ਾਹ ਜੀ ਦੀ ਬਹੁਤ ਰੱਜ ਕੇ ਸੇਵਾ ਕੀਤੀ ਸੀਗੀ। ਗੁਰੂ ਸਾਹਿਬ ਨੇ ਖੁਸ਼ ਹੋ ਕੇ 45 ਦਿਨ ਵਾਸਤੇ ਇਸ ਜਗ੍ਹਾ ਤੇ ਠਹਿਰ ਕੇ ਜਦੋਂ ਵਾਪਸ ਜਾਣ ਲੱਗੇ ਨਾ, ਗੁਰੂ ਸਾਹਿਬ ਨੇ 52 ਕਲੀਆਂ ਵਾਲਾ ਚੋਲਾ, ਇੱਕ ਪਵਿੱਤਰ ਸੁਨਹਿਰੀ ਅੱਖਰਾਂ ਵਾਲੀ 5 ਗ੍ਰੰਥੀ, ਪੈਰਾਂ ਦਾ ਜੋੜਾ ਅਤੇ ਮੰਜੇ ਦਾ ਬਾਣ ਉਹਨਾਂ ਨੂੰ ਬਖਸ਼ਿਆ ਸੀਗਾ, ਜੋ ਕਿ ਇਸ ਪਿੰਡ ਦੇ ਵਿੱਚ ਮੌਜੂਦ ਹੈ। ਇਸ ਸਥਾਨ ਤੇ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇੱਕ ਪੜੋਲੇ ਦੇ ਵਿੱਚ ਦਾਣੇ ਆਪਣੇ ਹੱਥੀ ਪਾਏ ਸਨ।